ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਮੇਰੀ ਏ ਸီးਰੀਜ਼ ਜਿਸ ਦਾ ਨਾਮ ਹੈ ਧਾਣਾ ਪਾਣੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਇਸ ਦੇ ਵਿੱਚ ਡਿਸਕਸ ਕਰਦੇ ਹਾਂ ਸਾਡੇ ਇਕਨੋਮਿਕਸ ਨਾਲ ਜੁੜੇ ਕਰੰਟ ਟਾਪਿਕਸ ਦੇ ਉੱਪਰ ਤਾਂ ਦੋਸਤੋ ਅੱਜ ਦਾ ਟਾਪਿਕ ਕੀ ਹੈ ਤਾਂ ਦੋਸਤੋ ਅੱਜ ਦਾ ਜੋ ਟਾਪਿਕ ਹੈ ਉਹ ਹੈ ਇਕਨੋਮਿਕ ਰਿਫਾਰਮਸ ਤਾਂ ਦੋਸਤੋ ਕਿਹੜੇ ਇਕਨੋਮਿਕ ਰਿਫਾਰਮਸ ਦੀ ਅਸੀਂ ਗੱਲ ਕਰ ਰਹੇ ਹਾਂ ਦੋਸਤੋ ਅਸੀਂ ਉਹਨਾਂ ਇਕਨੋਮਿਕ ਰਿਫਾਰਮਸ ਦੀ ਗੱਲ ਕਰ ਰਹੇ ਹਾਂ ਦੋਸਤੋ ਜੋ ਅੱਜ ਤੋਂ ਪੂਰੇ 30 ਸਾਲ ਪਹਿਲਾਂ 24 ਜੁਲਾਈ 1991 ਨੂੰ ਮਨਮੋਹਨ ਜੋ ਮਨਮੋਹਨ ਸਿੰਘ ਦਾ ਜੋ ਉਹ ਇਤਿਹਾਸਿਕ ਬਜਟ ਸੀ ਦੋਸਤੋ ਜਿਸ ਦੇ ਪਿੱਛ ਤੁਸੀਂ ਦੇਖ ਸਕਦੇ ਹੋ ਤਾਂ ਇਸ ਦੋਸਤੋ ਇਤਿਹਾਸਿਕ ਬਜਟ ਤੋਂ ਬਾਅਦ ਜੋ ਭਾਰਤ ਦੇ ਵਿੱਚ ਹੋਇਆ ਤਾਂ ਦੋਸਤੋ ਅਸੀਂ ਉਹਨਾਂ ਇਕਨੋਮਿਕ ਰਿਫਾਰਮਸ ਦੀ ਗੱਲ ਕਰ ਰਹੇ ਹਾਂ ਦੋਸਤੋ ਇਹ ਜੋ ਰਿਫਾਰਮਸ ਨੇ ਇਹ ਰਿਫਾਰਮਸ ਨੂੰ ਅਸੀਂ ਐਲਪੀਜੀ ਬੋਲਦੇ ਹਾਂ LBG ਦੋਸਤੋ ਮੈਂ ਇਹ ਤੁਹਾਡੇ ਕਿਚਨ ਦੇ ਵਿੱਚ ਪਏ ਸਿਲੰਡਰ ਦੀ ਗੱਲ ਨਹੀਂ ਕਰ ਰਿਹਾ ਮੈਂ ਦੋਸਤੋ ਉਹਨਾਂ ਰਿਫਾਰਮਸ ਦੀ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ 1991 ਦੇ ਵਿੱਚ ਦੋਸਤੋ ਇਤਿਹਾਸਿਕ ਬਜਟ ਤੋਂ ਬਾਅਦ 파ਰਤ ਦਾ ਜੋ ਪਵਿਕ ਹੈ ਪੂਰੀ ਤਰ੍ਹਾਂ ਹੈ ਬਦਲ ਦਿੱਤਾ ਹੈ ਜਦੋਂ ਵੀ ਅਸੀਂ ਦੋਸਤੋ ਭਾਰਤ ਦੀ ਇਕਨੋਮੀ ਦੀ ਗੱਲ ਕਰਦੇ ਆ ਤਾਂ 1991 ਇੱਕ ਇਸ ਤਰ੍ਹਾਂ ਦਾ ਸਾਲ ਮੰਨਿਆ ਜਾਂਦਾ ਹੈ ਦੋਸਤੋ ਜਿਸ ਤੋਂ ਬਾਅਦ ਹੈ ਇੰਡੀਅਨ ਇਕਨੋਮੀ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਗਿਆ ਸੀ ਤਾਂ ਦੋਸਤੋ ਅੱਜ ਅਸੀਂ 30 ਸਾਲ ਹੈ ਉਸ ਦੇ ਸੈਲੀਬ੍ਰੇਟ ਕਰ ਰਹੇ ਹਾਂ 24 ਜੁਲਾਈ 2 1991 ਤੋਂ ਦੋ ਦੋਸਤੋ 24 ਜੁਲਾਈ 1991 ਤੋਂ 24 ਜੁਲਾਈ 2000 21 ਤੱਕ ਹੈ ਦੋਸਤੋ ਕੀ ਕੀ ਬਦਲਾਅ ਆਏ ਅੱਜ ਅਸੀਂ ਉਸ ਦੇ ਬਾਰੇ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਅਸੀਂ ਦੇਖ ਲਈਏ ਕਿ ਇਹ ਰਿਫਾਰਮਸ ਕੀ ਸੀ ਦੋਸਤੋ ਇਹ ਜੋ ਰਿਫਾਰਮਸ ਕਿਸ ਕਿਉਂ ਲੈ ਕੇ ਆਏ ਗਏ ਕਿ ਇਹਨਾਂ ਦੀ ਜ਼ਰੂਰਤ ਸੀ ਦੋਸਤੋ ਅਤੇ ਦੋਸਤੋ ਇਹਨਾਂ ਨਾਲ ਕੀ ਕੀ ਪੋਜ਼ਿਟਿਵ ਅਤੇ ਕੀ ਕੀ ਨੈਗੇਟਿਵ ਹੈ ਸਾਡੀ ਇਕਨੋਮੀ ਦੇ ਉੱਪਰ ਹੈ ਇੰਪੈਕਟ ਪਏ ਤਾਂ ਦੋਸਤੋ ਇਹ ਜੋ ਰਿਫਾਰਮਸ ਨੇ ਜਿਸ ਦਾ ਜੋ ਫੁੱਲ ਫਾਰਮ ਹੈ ਐਲ ਸਟੈਂਡਸ ਫॉर ਲਿਬਰਲਾਈਜੇਸ਼ਨ ਪੀ ਸਟੈਂਡਸ ਫॉर ਪ੍ਰਾਈਵੇਟਾਈਜੇਸ਼ਨ ਐਂਡ ਜੀ ਸਟੈਂਡਸ ਫॉर ਗਲੋਬਲਾਈਜੇਸ਼ਨ ਦੋਸਤੋ ਇਹ ਜੋ ਐਲ ਪੀ ਜੀ ਰਿਫਾਰਮਸ ਹੈ 21 ਤਾਂ ਦੋਸਤੋ ਇੱਥੇ ਜੋ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਪਏਗਾ ਕਿ ਇਹ ਜੋ ਰਿਫਾਰਮਸ ਦੀ ਇਹਨਾਂ ਦੀ ਜ਼ਰੂਰਤ ਕਿਉਂ ਪਈ ਤਾਂ ਦੋਸਤੋ ਜੋ 1991 ਤੋਂ ਪਹਿਲਾਂ ਸਾਡੀ ਜੋ ਹਿੰਦੁਸਤਾਨ ਦੀ ਜੋ ਇਕਨੋਮੀ ਸੀ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਸਾਡਾ ਜੋ ਇਕਨੋਮਿਕ ਸਿਸਟਮ ਬਣਾ ਰੱਖਿਆ ਸੀ ਤਾਂ ਦੋਸਤੋ ਆਜ਼ਾਦੀ ਤੋਂ ਬਾਅਦ ਵੀ ਉਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਬਦਲਾਅ ਨਹੀਂ ਆਇਆ ਸੀ ਅਤੇ ਜੋ ਗਵਰਨਮੈਂਟ ਸੀ ਅਕਸਰ ਉਹ ਹੀ ਪੂਰੇ ਦੇ ਪੂਰੇ ਜੋ ਬਿਜ਼ਨਸ ਨੂੰ ਪੂਰੀ ਇਕਨੋਮੀ ਨੂੰ ਕੰਟਰੋਲ ਕਰਦੀ ਸੀ ਮੇਰੇ ਕਹਿਣ ਦਾ ਮਤਲਬ ਦੋਸਤੋ ਕਿ ਜੋ ਇੱਕ ਬੜੀ ਮਸ਼ਹੂਰ ਜੋ ਇੱਕ ਥਿਉਰੀ ਹੈ ਐਡਮ ਸਮਿਥ ਦੀ ਜਿਸ ਦੇ ਵਿੱਚ ਉਹ ਕਹਿੰਦਾ ਹੈ ਕਿ ਇਕਨੋਮੀ ਨੂੰ ਹੈ ਫ੍ਰੀ ਕਰ ਦੇਣਾ ਚਾਹੀਦਾ ਹੈ ਡਿਮਾਂਡ ਐਂਡ ਸਪਲਾਈ ਹੈ ਦੋਸਤੋ ਖੁਦ ਡਿਸਾਈਡ ਕਰਨ ਕਿ ਕਿਸੇ ਵੀ ਪ੍ਰੋਡਕਟ ਦਾ ਪ੍ਰਾਈਸ ਕੀ ਹੋਣਾ ਚਾਹੀਦਾ ਹੈ ਕਿਸੇ ਵੀ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਕਿੰਨੀ ਹੋਣੀ ਚਾਹੀਦੀ ਹੈ ਤਾਂ ਦੋਸਤੋ ਉਸ ਵਕਤ ਹੈ ਜੋ ਇਕਨੋਮੀ ਆਪਣੇ ਜੋ ਹੈ ਮੈਕਸਿਮਮ ਹੈ ਬੂਸਟ ਅਪ ਕਰਦੀ ਹੈ ਅਤੇ ਇਹ ਜੋ ਜੋ ਸਿਸਟਮ ਸੀ ਦੋਸਤੋ ਇਸ ਜੋ ਸੋਚ ਨੂੰ ਹੈ ਦੋਸਤੋ ਅਮਰੀਕਾ ਵਰਗੇ ਕੰਟਰੀਜ਼ ਨੇ ਬਹੁਤ ਸਾਲਾਂ ਹੀ ਅਡਾਪਟ ਕਰ ਲਿਆ ਸੀ لیکن ہندوستان ਦੇ ਵਿੱਚ ਜਾਂ ਹੋਰ ਵੀ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਦੋਸਤੋ 1990 ਦੇ ਦਸ਼ਕ ਤੱਕ ਹੈ ਜੋ ਪੂਰੀ ਤਰ੍ਹਾਂ ਹੈ ਜੋ ਇਕਨੋਮਿਕਸ ਦੇ ਉੱਪਰ بزਨਸ ਦੇ ਉੱਪਰ ਹੈ ਜਾਂ ਮਾਰਕੀਟ ਦੇ ਉੱਪਰ ਹੈ ਜੋ ਕੰਟਰੋਲ ਸੀ ਉਹ ਗਵਰਨਮੈਂਟ ਦਾ ਹੋਇਆ ਕਰਦੇ ਸੀ ਜਿਸ ਨੂੰ ਅਸੀਂ ਪੰਚਾਇਤੀ ਜਿਸ ਨੂੰ ਦੋਸਤੋ ਅਸੀਂ ਲਾਇਸੈਂਸ ਰਾਜ ਹੈ ਸਿਸਟਮ ਵੀ ਬੋਲਿਆ ਕਰਦੇ ਸੀ ਤਾਂ ਜੋ ਸੋ ਲਾਇਸੈਂਸ ਰਾਜ ਦਾ ਮਤਲਬ ਹੈ ਕਿ ਕਿਸ ਤਰ੍ਹਾਂ ਦਾ ਕੋਈ ਕੰਮ ਕਰਨਾ ਚਾਹੁੰਦਾ ਹੈ ਅਤੇ ਦੋਸਤੋ ਉਸ ਕੰਮ ਕਰ ਲਈ ਜੋ ਲਾਇਸੈਂਸ ਹੈ ਜਾਂ ਦੋਸਤੋ ਉਸ ਫੈਕਟਰੀ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਹੋਏਗੀ ਇਸ ਦੀ ਪੂਰੀ ਤਰ੍ਹਾਂ ਜੋ ਦੋਸਤੋ ਜੋ ਜੋ ਡਿਸਾਈਡ ਕਰਦੀ ਸੀ ਉਹ ਗਵਰਨਮੈਂਟ ਤੈਅ ਕਰਦੀ ਸੀ ਕੋਈ ਵੀ ਜੋ ਬਿਜ਼ਨਸ ਹੈ ਬਿਜ਼ਨਸਮੈਨ ਹੈ ਆਪਣੀ ਮਰਜ਼ੀ ਦੇ ਨਾਲ ਹੈ ਜੋ ਪ੍ਰੋਡਕਸ਼ਨ ਦੋਸਤੋ ਆਪਣੀ ਮਰਜ਼ੀ ਦੇ ਨਾਲ ਹੈ ਜੋ ਪ੍ਰਾਈਸਸ ਹੈ ਨਹੀਂ ਰੱਖ ਸਕਦਾ ਸੀ ਤਾਂ ਦੋਸਤੋ ਇਹ ਜੋ ਰਿਫਾਰਮ ਸੀ ਇਹਨਾਂ ਰਿਫਾਰਮਸ ਕਰਕੇ ये बहुत सारे जो बदलाव हुए जिस करके भारत जो इकोनमी है दोस्तों नाइनटी वन तो बाद है लगातार है बूस्टअप हों रही तो दोस्तों जो इकोनमी जो क्राइसिस आए तो जो नाइनटी वन ए पी जी रिफॉर्म्स कर जो माहौल जो बनया दोस्तों ये माहौल क्यों बनया इसकी जरूरत क्यों पी असी सब तो पहल उस बारे है गलबात करते हाँ जी तो दोस्तों नेचर ऑफ रिफॉर्म्स तो दोस्तों नेचर ऑफ रिफॉर्म्स आप पढ़ा ठीक है तो सब तो पहला दोस्तों जो नेचर ऑफ रिफॉर्म्स के ਜੋ ਮੈਂ ਕਹਿ ਰਿਹਾ ਕਿ ਇਸ ਰਿਫਾਰਮਸ ਜਿਸ ਨੂੰ ਸੀ ਐਲਪੀਜੀ ਬੋਲਦੇ ਆ ਐਲਪੀਜੀ ਦਾ ਮਤਲਬ ਕੀ ਹੈ ਇਸ ਤੋਂ ਬਾਅਦ ਦੇਖਦੇ ਆ ਦੋਸਤੋ ਕਿ ਇਸ ਦੀ ਜ਼ਰੂਰਤ ਕਿਉਂ ਪਈ ਤਾਂ ਸਭ ਤੋਂ ਪਹਿਲਾਂ ਦੋਸਤੋ ਇਹ ਜੋ ਐਲਪੀਜੀ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਤਾਂ ਦੋਸਤੋ ਇੱਥੇ ਲਿਬਰਲਾਈਜੇਸ਼ਨ ਦਾ ਮਤਲਬ ਆਲਰੇਡੀ ਮੈਂ ਥੋੜਾ ਡਿਸਕਸ ਵੀ ਕਰ ਚੁੱਕੇ ਆ ਕਿ ਇਸ ਦਾ ਮਤਲਬ ਹੈ ਕਿ ਇਸ ਤੋਂ ਪਹਿਲਾਂ ਦੋਸਤੋ ਜੋ ਲਾਇਸੈਂਸ ਰਾਜ ਹੋਇਆ ਕਰਦਾ ਸੀ ਲਾਇਸੈਂਸ ਰਾਜ ਨੂੰ ਦੋਸਤੋ ਖਤਮ ਕਰਕੇ ਹੈ ਸਾਡੇ ਜੋ ਬਿਜ਼ਨਸਮੈਨਸ ਨੂੰ ਹੈ ਜੋ ਐਂਟਰਪ੍ਰੀਨਿਓਰਸ ਨੂੰ ਹੈ ਦੋਸਤੋ ਵਧਾਵਾ ਦਿੱਤਾ ਗਿਆ ਉਹਨਾਂ ਨੂੰ ਹੈ ਲਿਬਰਲ ਕੀਤਾ ਗਿਆ ਫਿਰ ਦੋਸਤੋ ਪ੍ਰਾਈਵੇਟਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਦਾ ਮਤਲਬ ਹੈ ਇੱਥੇ ਕਿ ਦੋਸਤੋ ਜੋ ਸਾਡੇ ਇੱਥੇ ਦੋਸਤੋ ਕੰਪਨੀਆਂ ਨੇ ਦੋਸਤੋ ਇੱਥੇ ਬਹੁਤ ਸਾਰੀਆਂ ਜੋ ਇਸ ਤਰ੍ਹਾਂ ਦੇ ਕੰਮ ਸੀ ਜੋ ਸਰਕਾਰ ਦੋਸਤੋ ਕਰਿਆ ਕਰਦੀ ਸੀ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਦੋਸਤੋ ਸਰਕਾਰ ਦੋਸਤੋ ਬ੍ਰੈਡ ਵੀ ਬਣਾਉਂਦੀ ਸੀ ਸਰਕਾਰ ਕੜੀਆਂ ਵੀ ਬਣਾਉਂਦੀ ਸੀ ਦੋਸਤੋ ਜੋ ਸਰਕਾਰ ਹੈ ਬਹੁਤ ਸਾਰੇ ਬੈਂਕ ਵੀ ਚਲਾਉਂਦੀ ਸੀ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਹੈ ਦੋਸਤੋ ਟਰੈਕਟਰ ਵੀ ਬਣਾਉਂਦੀ ਸੀ ਤਾਂ ਪ੍ਰਾਈਵੇਟਾਈਜੇਸ਼ਨ ਦਾ ਇੱਕ ਦੌਰ ਚੱਲਿਆ ਦੋਸਤੋ ਜੋ ਸਰਕਾਰ ਨੇ ਹੈ ਆਪਣਾ ਜੋ ਹਿੱਸਾ ਹੈ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚੋਂ ਹੈ ਕੱਟ ਕਰ ਲਿਆ ਦੋਸਤੋ ਜਿਸ ਨੂੰ ਅਸੀਂ ਡਿਸ ਇਨਵੈਸਟਮੈਂਟ ਬੋਲਦੇ ਆ ਜਾਂ ਫਿਰ ਬਹੁਤ ਸਾਰੇ ਜੋ ਸਰਕਾਰੀ ادارے ਸੀ ਉਹਨਾਂ ਨੂੰ ਪੂਰੀ ਤਰ੍ਹਾਂ ਹੈ ਪ੍ਰਾਈਵੇਟ ਹੀ ਕਰ ਦਿੱਤਾ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਲੈ ਸਕਦੇ ਹੋ ਦੋਸਤੋ ICICI ਉਸ ਦਾ ਐਗਜ਼ਾਮਪਲ ਹੈ ਫਿਰ ਗਲੋਬਲਾਈਜੇਸ਼ਨ ਅਸੀਂ ਆਪਣੇ ਜੋ ਦਰਵਾਜ਼ੇ ਨੇ इंटरनेशनल एमएनसीज ਲਈ ਦੋਸਤੋ ਖੋਲ ਦਿੱਤੇ ਤਾਂ ਕਿ ਦੋਸਤੋ ਬਾਹਰੋਂ ਹੈ ਜੋ ਪੈਸਾ ਆਏਗਾ ਹਾਰਡ ਕਰੰਸੀ ਆਏਗੀ ਵਿਦੇਸ਼ੀ ਕਰੰਸੀ ਆਏਗੀ ਜਿਸ ਨਾਲ ਸਾਡਾ ਜੋ ਫੋਰਨ ਜੋ ਰਿਜ਼ਰਵ ਹੈ ਦੋਸਤੋ ਉਸ ਦੇ ਵਿੱਚ ਵੀ ਵਾਧਾ ਆਏਗਾ ਕਿਉਂਕਿ ਇਹ ਜੋ ਕ੍ਰਾਈਸਿਸ ਸੀ ਕ੍ਰਾਈਸਿਸ ਦਾ ਜੋ ਦੋਸਤੋ ਸਭ ਤੋਂ ਵੱਡਾ ਇਮਪੈਕਟ ਹੈ ਸਭ ਤੋਂ ਜ਼ਿਆਦਾ ਜੋ ਨੁਕਸਾਨ ਹੈ ਸਾਡੇ ਫੋਰਨ ਰਿਜ਼ਰਵ ਨੂੰ ਪਿਆ ਸੀ ਕਹਾ ਜਾਂਦਾ ਹੈ ਕਿ 91 ਦੇ ਵਿੱਚ ਇਸ ਤਰ੍ਹਾਂ ਦਾ ਦੌਰ ਆ ਚੁੱਕਿਆ ਸੀ ਜਦੋਂ ਸਾਡੇ ਕੋਲ ਸਿਰਫ 2 ਹੀ ਹਫ਼ਤੇ ਦਾ ਪੈਸਾ ਬਚਿਆ ਹੋਇਆ ਸੀ ਜਿਸ ਤੋਂ ਅਸੀਂ ਜੋ ਹੈ ਇੰਪੋਰਟ ਹੈ ਕਰ ਸਕਦੇ ਹਾਂ ਤਾਂ ਦੋਸਤੋ ਇਹ ਜੋ ਰਿਫਾਰਮਸ ਕਰਕੇ ਸਾਨੂੰ ਆਈਐਮਐਫ ਤੋਂ ਵੀ ਲੋਨ ਮਿਲਿਆ ਜਿਸ ਕਰਕੇ ਸਾਡੇ ਕੋਲ ਪ੍ਰਯਾਪਤ ਪੈਸਾ ਆ ਸਕਿਆ ਕਿ ਅਸੀਂ ਲੰਬੇ ਸਮੇਂ ਤੱਕ ਇੰਪੋਰਟ ਵੀ ਕਰ ਸਕਦੇ ਹਾਂ ਅਤੇ ਨਾਲ ਹੀ ਨਾਲ ਦੋਸਤੋ ਫਿਊਚਰ ਦੇ ਵਿੱਚ ਹੈ ਕੰਪਨੀਆਂਜ਼ ਨੂੰ ਵੀ ਅਸੀਂ ਇਨਵਾਈਟ ਕੀਤਾ ਗਲੋਬਲਾਈਜੇਸ਼ਨ ਦਾ ਜੋ ਦੌਰ ਸੀ ਦੋਸਤੋ ਜਿਸ ਕਰਕੇ ਜੋ ਵਿਦੇਸ਼ੀ ਕੰਪਨੀਆਂ ਨੇ ਇੰਡੀਆ ਨੂੰ ਇੱਕ ਵਧੀਆ ਡੈਸਟੀਨੇਸ਼ਨ ਸਮਝਿਆ ਇਨਵੈਸਟਮੈਂਟ ਕਰ ਲਈ ਤਾਂ ਦੋਸਤੋ ਇਹ ਨੇਚਰ ਆਫ ਰਿਫਾਰਮਸ ਤੋਂ ਬਾਅਦ ਦੋਸਤੋ ਨੇਚਰ ਆਫ ਇੰਡੀਅਨ ਇਕਨੋਮੀ ਇਨ ਦਾ ਪ੍ਰੀ ਰਿਫਾਰਮ 에ਰਾ ਤਾਂ ਦੋਸਤੋ 1991 ਤੋਂ ਪਹਿਲਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਤਾਂ ਦੋਸਤੋ ਇਹ ਜੋ ਮਾਹੌਲ ਕਿਸ ਤਰ੍ਹਾਂ ਦਾ ਸੀ ਤਾਂ ਦੋਸਤੋ ਕਿਹਾ ਜਾਂਦਾ ਹੈ ਕਿ ਅਸੀਂ ਕਲੋਜ਼ਡ ਇਕਨੋਮੀ ਦੀ ਦੋ ਦੋਸਤੋ ਆਪਣੀ ਜੋ ਇਕਨੋਮੀ ਨੂੰ ਹੈ ਕਲੋਜ਼ਡ ਇਕਨੋਮੀ ਦੇ ਵਿੱਚ ਹੈ ਤਬਦੀਲ ਕਰ ਲਿਆ ਸੀ ਹੁਣ ਕਲੋਜ਼ਡ ਇਕਨੋਮੀ ਦਾ ਮਤਲਬ ਹੈ ਕਿ ਜਿੱਥੇ ਜੋ ਸਰਕਾਰਾਂ ਨੇ ਜੋ ਹੈ ਸੈਲਫ ਡਿਪੈਂਡੈਂਟ ਹੈ ਹੋਣ ਦੀ ਕੋਸ਼ਿਸ਼ ਕਰਦੀਆਂ ਨੇ ਦੋਸਤੋ ਸੈਲਫ ਡਿਪੈਂਡੈਂਟ ਹੋਣਾ ਕੋਈ ਬੁਰੀ ਗੱਲ ਵੀ ਨਹੀਂ ਹੈ ਲੇਕਿਨ ਇੱਥੇ ਜੋ ਸਭ ਤੋਂ ਇੰਪੋਰਟੈਂਟ ਏ ਸੀ ਦੋਸਤੋ ਕਿ ਸੈਲਫ ਡਿਪੈਂਡੈਂਟ ਇਸ ਦੋਸਤੋ ਜਿਵੇਂ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜੋ ਟੈਕਨੋਲੋਜੀ ਵਧੀ ਪੂਰੀ ਦੁਨੀਆ ਦੇ ਵਿੱਚ ਤਾਂ ਦੋਸਤੋ ਜੋ ਜੋ ਦੁਨੀਆ ਹੈ ਇੱਕ ਛੋਟੇ ਜਿਹੇ ਪਿੰਡ ਦੀ ਤਰ੍ਹਾਂ ਬਣ ਗਈ ਤਾਂ ਇੱਥੇ ਦੋਸਤੋ ਜ਼ਰੂਰੀ ਨਹੀਂ ਹੈ ਕਿ ਸਾਡੇ ਕੋਲ ਸਾਰੇ ਰਿਸੋਰਸਸ ਹੋਣਗੇ ਕੁਝ ਰਿਸੋਰਸਸ ਦੋਸਤੋ ਸਾਨੂੰ ਐਕਸਪੋਰਟ ਕਰਨੇ ਪੈਂਦੇ ਨੇ ਕੁਝ ਰਿਸੋਰਸਸ ਸਾਨੂੰ ਇੰਪੋਰਟ ਕਰਨੇ ਪੈਂਦੇ ਨੇ ਜਾਂ ਫਿਰ ਜਦੋਂ ਕੋਈ ਨਵੀਂ ਟੈਕਨੋਲੋਜੀ ਹੁੰਦੀ ਹੈ ਦੋਸਤੋ ਓਬਵੀਅਸਲੀ ਗੱਲ ਹੈ ਸਾਨੂੰ ਉਸ ਦੀ ਜ਼ਰੂਰਤ ਹੈ ਤਾਂ ਸਾਨੂੰ ਉਹ ਇੰਪੋਰਟ ਹੀ ਕਰਨੀ ਪਵੇਗੀ ਤਾਂ ਇਸ ক্লোਜ਼ਡ ਇਕਨੋਮੀ ਦੇ ਚੱਲਦੇ ਦੋਸਤੋ 1980 ਦਾ ਜੋ ਦਸ਼ਕ ਸੀ 1970 ਦਾ ਦਸ਼ਕ ਸੀ ਸਾਡੇ ਇੱਥੇ ਜੋ ਇਕਨੋਮਿਕ ਰਿਫਾਰਮਸ ਦੀ ਲਗਾਤਾਰ ਹੈ ਮੰਗ ਹੋਰੀ ਸੀ ਲੇਕਿਨ ਦੋਸਤੋ ਪੋਲਿਟੀਕਲ ਇਨਸਟੇਬਿਲਿਟੀ ਕਰਕੇ ਸਾਡੇ ਇੱਥੇ ਜੋ ਹੈ ਇਹ ਜੋ इकनोमिक रिफॉर्म्स नहीं लैके आए गए कहा जाता है कि उन्नीस सौ अठासी के नाइनटीन एटी एट के दोस्तों जो इंटरशनल मोनिटरी फंड है जो कि वॉशिंगटन जो विखे दोस्तों एक इस तरह का बैंक है जो उन्होंने कंट्रीज़ की उन्हें कंट्रीज़ की हैल्प करता है जिथे दोस्तों है फिजकल डेफिशिएट का जो मामला है डिस्टर्ब हो गया हो दोस्तों उन्होंने 1988 ਦੇ ਵਿੱਚ ਰਾਜੀਵ ਗਾਂਧੀ ਜੀ ਨੂੰ ਜੋ ਹੈ ਪੇਸ਼ਕਸ਼ ਵੀ ਕੀਤੀ ਸੀ ਲੋਨ ਦੇਣ ਦੀ ਲੇਕਿਨ ਦੋਸਤੋ 1988 ਦੇ ਵਿੱਚ ਜੋ ਰਾਜੀਵ ਗਾਂਧੀ ਹੈ ਦੋਸਤੋ ਉਸ ਵਕਤ ਕਿਹਾ ਜਾਂਦਾ ਹੈ ਇਲੈਕਸ਼ਨ ਆਉਣ ਵਾਲਾ ਸੀ 5 ਸਾਲ ਪੂਰੇ ਹੋਣ ਵਾਲੀ ਸੀ ਉਹਨਾਂ ਦੀ ਗਵਰਨਮੈਂਟ ਦੇ ਤਾਂ ਦੋਸਤੋ ਉਸ ਵਕਤ ਹੈ ਲੋਨ ਲੈਣਾ ਉਹਨਾਂ ਨੇ ਬਿਹਤਰ ਨਹੀਂ ਸਮਝਿਆ ਲੇਕਿਨ ਦੋਸਤੋ ਜਦੋਂ ਹੀ ਇਲੈਕਸ਼ਨ ਹੋਏ ਇਲੈਕਸ਼ਨ ਦੇ ਵਿੱਚ ਹੈ ਰਾਜੀਵ ਗਾਂਧੀ ਜੋ ਇਲੈਕਸ਼ਨ ਹਾਰ ਗਏ ਨਵੀਂ ਜੋ ਸਰਕਾਰ ਬਣੀ ਤਾਂ ਉਸ ਦੇ ਵਿੱਚ ਦੋਸਤੋ ਇੱਕੋ ਜੋ ਸਰਕਾਰ ਸੀ ਅਲਾਈਅንስ ਦੀ ਸਰਕਾਰ ਸੀ ਵੀਪੀ ਸਿੰਘ ਪ੍ਰਾਈਮ ਮਿਨਿਸਟਰ ਬਣੇ ਸੀ ਤਾਂ ਦੋਸਤੋ ਜੋ ਇਕਨੋਮਿਕ ਜੋ 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 ਕ੍ਰਾਈਸਿਸ ਚੱਲ ਰਹੀ ਸੀ ਇੰਨੇ ਜ਼ਿਆਦਾ ਹੋ ਚੁੱਕੇ ਸੀ ਕਿ ਨਾ ਸਰਕਾਰ ਉਹਨਾਂ ਕ੍ਰਾਈਸਿਸ ਨੂੰ ਖਤਮ ਕਰ ਸਕਦੀ ਸੀ ਅਤੇ ਦੂਸਰੀ ਤਰਫ ਦੋਸਤੋ ਸਰਕਾਰ ਕੋਲ ਇਹ ਵੀ ਇੱਕ ਵੱਡੀ ਚੁਣੌਤੀ ਸੀ ਕਿ ਉਹ ਆਪਣੀ ਜੋ ਮੈਜੋਰਟੀ ਹੈ ਪਾਰਲੀਮੈਂਟ ਦੇ ਵਿੱਚ ਕਿਵੇਂ ਅਪਰੂਵ ਕਰ पाए ਤਾਂ ਦੋਸਤੋ ਇਸ ਤੇ ਚੱਲਦੇ 1 ਸਾਲ ਤੱਕ ਸਰਕਾਰ ਤਾਂ ਜ਼ਰੂਰ ਚੱਲੀ ਲੇਕਿਨ 1990 ਹੁੰਦੇ ਹੁੰਦੇ ਦੋਸਤੋ ਜੋ ਪ੍ਰਾਈਮ ਮਿਨਿਸਟਰ ਹੈ ਸਰਕਾਰ ਦਾ ਬਦਲ ਗਿਆ ਨਵੇਂ ਜੋ ਪ੍ਰਾਈਮ ਮਿਨਿਸਟਰ ਬਣੇ ਦੋਸਤੋ ਉਹਨਾਂ ਦਾ ਨਾਮ ਸੀ ਚੰਦਰਸ਼ੇਖਰ ਅਤੇ ਉਹਨਾਂ ਨੇ ਆਪਣਾ ਜੋ ਫਾਈਨਾਂਸ ਮਿਨਿਸਟਰ ਬਣਾਇਆ ਉਸ ਦਾ ਨਾਮ ਸੀ ਦੋਸਤੋ ਯਸ਼ਵੰਤ ਤੁਸੀਂ ਜ਼ਰੂਰ ਨਾਮ ਸੁਣਿਆ ਹੋਵੇਗਾ ਇਹ ਜੋ ਯਸ਼ਵੰਤ ਇਹ ਅਟਲ ਬਿਹਾਰੀ ਵਾਜਪਾਈ ਦੀ ਗਵਰਨਮੈਂਟ ਵੇਲੇ ਵੀ ਸਾਡੇ ਵਿੱਤ ਮੰਤਰੀ ਰਹੇ ਸਨ ਤਾਂ ਦੋਸਤੋ ਇਸ ਵੇਲੇ ਅਸੀਂ ਜੋ ਯਸ਼ਵੰਤ ਕਾਫੀ ਕੋਸ਼ਿਸ਼ਾਂ ਤਾਂ ਜ਼ਰੂਰ ਕੀਤੀਆਂ ਦੋਸਤੋ ਲੇਕਿਨ ਸਰਕਾਰ ਇਨਸਟੇਬਲ ਹੋਣ ਕਰਕੇ ਅਤੇ ਦੂਸਰਾ ਦੋਸਤੋ ਇਹ 1990 ਦਾ ਉਹ ਦੌਰ ਸੀ ਜਦੋਂ ਕਿ ਗਲਫ ਵਾਰ ਵੀ ਇੱਕ ਤਰਫ ਹੈ ਲੱਗ ਚੁੱਕੀ ਸੀ ਦੋਸਤੋ ਅਤੇ ਸਾਡੀ ਜੋ ਵਿਦੇਸ਼ੀ ਕਰੰਸੀ ਸੀ ਦੋਸਤੋ ਜੋ ਸਾਡਾ ਫੋਰਨ ਰਿਜ਼ਰਵ ਸੀ ਲਗਾਤਾਰ ਹੈ ਘਟਦਾ ਜਾ ਰਿਹਾ ਸੀ ਅਤੇ ਇਹ ਖਾੜੀ ਦੇਸ਼ਾਂ ਦਾ ਜੋ ਯੁੱਧ ਦੋਸਤੋ ਜਿਸ ਦੇ ਵਿੱਚ ਇਰਾਕ ਨੇ ਕੁਵੇਤ ਤੇ ਹਮਲਾ ਕਰਕੇ ਦੋਸਤੋ ਪੂਰਾ ਦਾ ਪੂਰਾ ਜੋ ਗਲਫ ਜੋ ਜੋ ਬਿਜ਼ਨਸ ਹੈ ਦੋਸਤੋ ਡਿਸਟਰਬ ਕਰਤਾ ਉਸ ਕਰਕੇ ਸਾਡਾ ਤੇਲ ਖਰੀਦਣਾ ਵੀ ਕਾਫੀ ਮਹਿੰਗਾ ਹੋ ਚੁੱਕਿਆ ਸੀ ਤੇ ਦੋਸਤੋ ਕਿਹਾ ਜਾਂਦਾ ਹੈ ਕਿ ਉਸ ਵਕਤ ਜੋ ਅਸੀਂ ਤੇਲ ਖਰੀਦਿਆ ਕਰਦੇ ਸੀ ਕੱਚਾ ਤੇਲ ਹੈ ਜੇ ਕੰਟਰੀਜ਼ ਤੋਂ ਤਾਂ ਲਗਭਗ ਉਸ ਤੇ ਇਸ ਯੁੱਧ ਤੋਂ ਪਹਿਲਾਂ ਸਾਡਾ ਹਰ ਸਾਲ ਦਾ ਹਰ ਸਾਲ ਦਾ ਦੋਸਤੋ ਜੋ ਖਰਚਾ ਸੀ ਉਹ 500 ਕਰੋੜ ਦਾ ਹੋਇਆ ਕਰਦਾ ਸੀ ਹਰ ਦਿਨ ਦਾ ਖਰਚਾ ਦੋਸਤੋ 500 ਕਰੋੜ ਦਾ ਹੋਇਆ ਕਰਦਾ ਸੀ ਜੋ ਦੋਸਤੋ ਇਸ ਯੁੱਧ ਦੇ ਵਜੇ ਨਾਲ ਹੈ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਇਹ ਖਰਚਾ ਲਗਭਗ ਦੋਸਤੋ 2.5 ਗੁਣਾ ਵੱਧ ਗਿਆ ਲਗਭਗ ਕਿਹਾ ਜਾਂਦਾ ਹੈ ਕਿ 1200 ਕਰੋੜ ਦਾ ਜੋ ਹਰ ਰੋਜ਼ ਸਾਨੂੰ ਹੈ ਤੇਲ ਹੈ ਇمپੋਰਟ ਕਰਨਾ ਪੈਂਦਾ ਸੀ ਤਾਂ ਦੋਸਤੋ ਫੋਰਨ ਕਰੰਸੀ ਲਗਾਤਾਰ ਘਟਦੀ ਜਾ ਰਹੀ ਸੀ ਤਾਂ ਦੋਸਤੋ ਇਹ ਉਹ ਦੌਰ ਸੀ ਜਦੋਂ ਜੋ ਹੈ ਮਜਬੂਰੀ ਦੇ ਵਿੱਚ ਹੈ ਯਸ਼ਵੰਤ ਸਿੰਘ ਨੇ ਦੋਸਤੋ ਸਾਡਾ ਜੋ ਸੋਨਾ ਸੀ ਦੋਸਤੋ ਜੋ ਸੋਨਾ ਵਕ ਵਕ ਜੋ ਤਸਕਰੀਆਂ ਤੋਂ ਦੋਸਤੋ ਜੋ ਤਸਕਰੀ ਦਾ ਸੋਨਾ ਜੋ ਜੋ ਹੈ ਗਵਰਨਮੈਂਟ ਹੈ ਇਕੱਠਾ ਕਰਿਆ ਕਰਦੀ ਸੀ ਦੋਸਤੋ ਜੋ ਤਸਕਰੀ ਦੇ ਸੋਨੇ ਨੂੰ ਫੜਿਆ ਜਾਂਦਾ ਸੀ ਉਸ ਨੂੰ ਜੋ ਇਕੱਠਾ ਕਰਦੀ ਸੀ ਸਰਕਾਰ ਤਾਂ ਉਸ ਨੂੰ ਜੋ ਸਵਿਟਜ਼ਰਲੈਂਡ ਦੇ ਕਿਸੇ ਬੈਂਕ ਕੋਲ ਰਿਜ਼ਰਵ ਰੱਖ ਕੇ ਦੋਸਤੋ ਕੁਝ ਲੋਨ ਲਿਆ ਗਿਆ ਲੇਕਿਨ ਉਹ ਲੋਨ ਵੀ ਜ਼ਿਆਦਾ ਸਮੇਂ ਤੱਕ ਦੋਸਤੋ ਸਾਡਾ ਜੋ ਸਾਥ ਹੈ ਨਹੀਂ ਨਿਭਾ ਸਕਿਆ ਕਿਉਂਕਿ ਵਿਦੇਸ਼ੀ ਦੋਸਤੋ ਜੋ ਪੈਸਾ ਸਾਨੂੰ ਚਾਹੀਦਾ ਸੀ ਯੂ ਐਸ ਡਾਲਰ ਸਾਨੂੰ ਚਾਹੀਦਾ ਸੀ ਅਤੇ ਦੋਸਤੋ ਸਾਡੇ ਜੋ ਇੰਪੋਰਟ ਹੈ ਉਹ ਲਗਾਤਾਰ ਹੈ ਵਧ ਰਹੀ ਸੀ ਤਾਂ ਦੋਸਤੋ 92 ਦੇ ਵਿੱਚ ਕੀ ਹੋਇਆ ਕਿ ਨਵੀਂ ਸਰਕਾਰ ਆਈ ਨਵਾਂ ਇਲੈਕਸ਼ਨ ਹੋਇਆ ਅਤੇ ਦੋਸਤੋ ਇਸ ਨਵੇਂ ਇਲੈਕਸ਼ਨ ਦੇ ਵਿੱਚ ਜੋ ਹੈ ਕੁਝ ਨਵੀਆਂ ਸਟੋਰੀਜ਼ ਬਣੀਆਂ ਤਾਂ ਦੋਸਤੋ ਉਸ ਬਾਰੇ ਅਸੀਂ ਪੜ੍ਹਦੇ ਆਂ ਤਾਂ ਦੋਸਤੋ ਉਸ ਤੋਂ ਬਾਅਦ ਇਹ ਇਹ ਜੋ ਸਟੋਰੀਜ਼ ਨੇ ਠੀਕ ਹੈ ਤਾਂ ਦੋਸਤੋ ਇੱਥੇ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ 1991 ਦੇ ਤੱਕ ਹੈ ਹਾਲਾਤ ਕਿਸ ਤਰ੍ਹਾਂ ਦੇ ਪੈਦਾ ਹੋ ਗਏ ਸੀ ਤਾਂ ਦੋਸਤੋ 91 ਦੇ ਵਿੱਚ ਹਾਲਾਤ ਪੈਦਾ ਹੋ ਗਏ ਸੀ ਦੋਸਤੋ ਕਿ ਜੋ ਪ੍ਰਾਈਜ਼ਸ ਨੇ ਬਹੁਤ ਜ਼ਿਆਦਾ ਵੱਧ ਗਏ ਸੀ ਮਹਿੰਗਾਈ ਇਹ ਦੋਸਤੋ 16% ਤੋਂ ਵੀ ਜ਼ਿਆਦਾ ਵੱਧ ਚੁੱਕੀ ਸੀ ਫਿਸਕਲ ਡੈਫੀਸਿਟ ਦੀ ਮੈਂ ਗੱਲ ਕੀਤੀ ਹੈ ਦੋਸਤੋ ਫਿਸਕਲ ਡੈਫੀਸਿਟ ਹੁੰਦਾ ਹੈ ਜਦੋਂ ਤੁਹਾਡੇ ਜੋ ਖਰਚੇ ਨੇ ਦੋਸਤੋ ਬਹੁਤ ਜ਼ਿਆਦਾ ਹੋ ਜਾਣ ਐਸ ਕੰਪੇਅਰ ਟੂ ਤੁਹਾਡੀ ਇਨਕਮ ਮੈਂ ਵੀ ਹੈ ਡਿਸਟਰਬ ਹੋਇਆ ਦੋਸਤੋ ਇੱਕ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਾ ਹਾਂ ਇਰਾਕ ਦੀ ਵਾਰ ਹੈ ਆਪਣੀ ਜੋ ਦੋਸਤੋ ਚਰਮ ਸੀਮਾ ਦੇ ਉੱਪਰ ਸੀ ਜਿਸ ਕਰਕੇ ਤੇਲ ਦੇ ਜੋ ਪ੍ਰਾਈਸਸ ਹੈ ਵਧ ਗਏ ਸੀ ਅਤੇ ਪਾਰਤਵਾਰਕ ਕੰਟਰੀਜ਼ ਲਈ ਲੋਨ ਲੈਣਾ ਬਹੁਤ ਮੁਸ਼ਕਲ ਹੋ ਗਿਆ ਸੀ ਤੇਲ ਖਰੀਦਣਾ ਦੋਸਤੋ ਬਹੁਤ ਮਹਿੰਗਾ ਹੋ ਗਿਆ ਸੀ ਅਤੇ ਇਸ ਦੇ ਨਾਲ-ਨਾਲ ਦੋਸਤੋ ਜੋ ਸਾਡੀਆਂ ਸਰਕਾਰੀ ਕੰਪਨੀਆਂ ਨੇ ਉਹਨਾਂ ਦੀ ਜੋ ਪਰਫਾਰਮੈਂਸ ਹੈ ਬਹੁਤ ਹੀ ਜ਼ਿਆਦਾ ਖਰਾਬ ਸੀ ਤਾਂ ਦੋਸਤੋ 91 ਜਦੋਂ ਇਲੈਕਸ਼ਨ ਦੋਸਤੋ ਇੱਥੇ ਨਵਾਂ ਜੋ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਨਾਉਂਸ ਕਰ ਦਿੱਤਾ ਅਤੇ ਜੋ ਦੋਸਤੋ ਕਾਂਗਰਸ ਪਾਰਟੀ ਦੇ ਜੋ ਚੀਫ ਸੀ ਪ੍ਰੈਜ਼ੀਡੈਂਸੀ ਰਾਜੀਵ ਗਾਂਧੀ ਤਾਂ ਉਹਨਾਂ ਨੇ ਆਪਣੀ ਕੈਂਪੇਨਿੰਗ ਸਟਾਰਟ ਕਰ ਦਿੱਤੀ ਕਿਹਾ ਜਾਂਦਾ ਹੈ ਕਿ ਦੋਸਤੋ ਜਦੋਂ ਟਿਕਟਾਂ ਦਾ ਵੰਡਣ ਕੀਤਾ ਗਿਆ ਤਾਂ ਉਸ ਦੇ ਵਿੱਚ ਨਰਸੀ ਮਰਾਓ ਦੋਸਤੋ ਉਸ ਨੂੰ ਉਹਨਾਂ ਨੂੰ ਸੀਨੀਅਰ ਲੀਡਰਸ਼ਿਪ ਕਾਂਗਰਸ ਪਾਰਟੀ ਦੇ ਪਾਰਟੀ ਦੀ ਟਿਕਟ ਵੀ ਨਹੀਂ ਦਿੱਤੀ ਗਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਲਗਭਗ ਦੋਸਤੋ ਰਿਟਾਇਰ ਹੋ ਕੇ ਆਪਣੇ ਜੋ ਆਪਣੇ ਜੋ ਸਟੇਟ ਦੇ ਵਿੱਚ ਦੋਸਤੋ ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਵਾਪਸ ਜਾਣ ਦੀ ਜੋ ਤਿਆਰੀ ਹੈ ਕਰ ਚੁੱਕੇ ਸੀ ਲੇਕਿਨ ਇਸ ਕੈਂਪੇਨਿੰਗ ਦੇ ਦੌਰਾਨ ਰਾਜੀਵ ਗਾਂਧੀ ਜੀ ਦੀ ਡੈਥ ਹੋਈ ਦੋਸਤੋ ਅਤੇ ਦੋਸਤੋ ਜਦੋਂ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਜੋ ਪਾਰਟੀ ਬਣੀ ਜੋ ਜੋ ਗਵਰਨਮੈਂਟ ਬਣੀ ਉਸ ਦੇ ਜੋ ਪ੍ਰਧਾਨ ਮੰਤਰੀ ਹੈ ਨਰਸੀਮਹਰਾਓ ਨੂੰ ਹੀ ਚੁਣ ਲਿਆ ਗਿਆ ਸੀ ਅਤੇ ਦੋਸਤੋ ਇਹ ਜੋ ਨਰਸੀ ਮਰਾਓ ਹੈ ਇਹਨਾਂ ਨੇ ਆਪਣਾ ਜੋ ਵਿੱਤ ਮੰਤਰੀ ਚੁਣਿਆ ਉਹ ਚੁਣਿਆ ਦੋਸਤੋ ਮਨਮੋਹਨ ਸਿੰਘ ਜਿਨ੍ਹਾਂ ਨੇ ਇਹ ਇੱਕ ਇਤਿਹਾਸਿਕ ਜੋ ਬਜਟ ਹੈ ਦੋਸਤੋ 24 ਜੁਲਾਈ 1991 ਨੂੰ ਪ੍ਰੈਜੈਂਟ ਕੀਤਾ ਤਾਂ ਦੋਸਤੋ ਉਸ ਦੀ ਸਭ ਤੋਂ ਇੱਕ ਫੇਮਸ ਇੱਕ ਜੋ ਅੱਜ ਤੱਕ ਹੈ ਜੋ ਚੈਨਲਸ ਨੇ ਦੋਸਤੋ ਦੱਸਦੇ ਨੇ ਉਸ ਦੀ ਇੱਕ ਫੇਮਸ ਇੱਕ ਡਾਇਲੋਗ ਸੀ ਮਨਮੋਹਨ ਸਿੰਘ ਦਾ ਕਿ ਉਸ ਆਈਡੀਆ ਨੂੰ ਕੋਈ ਵੀ ਨਹੀਂ ਰੋਕ ਸਕਦਾ ਜਿਸ ਦਾ ਦੋਸਤੋ ਵਕਤ ਆ ਚੁੱਕਾ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਹੈ ਉਸ ਆਈਡੀਆ ਨੂੰ ਨਹੀਂ ਰੋਕ ਸਕਦੀ ਥਿਸ ਇਸ ਹੁਣ ਵਕਤ ਆ ਚੁੱਕਾ ਹੈ ਮਨਮੋਹਨ ਸਿੰਘ ਉਸ ਵਕਤ ਗੱਲ ਕਰ ਰਹੇ ਸੀ ਇਸ ਆਈਡੀਆ ਦੀ ਜਿਸ ਦਾ ਨਾਮ ਸੀ ਦੋਸਤੋ ਐਲ ਬੀਜੀ ਕਿ ਹੁਣ ਇਹ ਵਕਤ ਆ ਚੁੱਕਿਆ ਹੈ ਕਿ ਅਸੀਂ ਦੋਸਤੋ ਲਿਬਰਲ ਹੋ ਜਾਈਏ ਅਸੀਂ ਆਪਣੇ ਜੋ ਕੰਪਨੀਆਂਜ਼ ਹੈ ਉਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਦੀ ਤਰਫ ਲੈ ਕੇ ਜਾਈਏ ਅਤੇ ਦੂਜੀ ਜੋ ਦੁਨੀਆ ਦੀਆਂ ਮਲਟੀਨੈਸ਼ਨਲ ਕੰਪਨੀਆਂਜ਼ ਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਹੈ ਇਨਵਾਈਟ ਕਰੀਏ ਤਾਂ ਦੋਸਤੋ ਇਹ ਜੋ ਰਿਫਾਰਮਸ ਸੀ ਇਸ ਤੋਂ ਸਾਨੂੰ ਬਹੁਤ ਸਾਰੇ ਫਾਇਦੇ ਹੋਏ ਜਿਵੇਂ ਕਿ ਦੋਸਤੋ ਸਭ ਤੋਂ ਵੱਡਾ ਫਾਇਦਾ ਹੋਇਆ ਦੋਸਤੋ ਸਾਡੀ ਜੀਡੀਪੀ ਗਰੋਥ ਰੇਟ ਦਾ ਤਾਂ ਦੋਸਤੋ 1991 ਦੀ ਜੋ ਸਾਡੀ ਜੀਡੀਪੀ ਗਰੋਥ ਰੇਟ ਸੀ ਉਹ ਲਗਭਗ 1% ਸੀ ਲੇਕਿਨ ਅੱਜ ਅਸੀਂ ਦੇਖੀਏ ਦੋਸਤੋ ਲਗਭਗ 7 8% ਦੇ ਲਗਭਗ ਹੈ ਸਾਡੀ ਜੋ ਜੀਡੀਪੀ ਗਰੋਥ ਰੇਟ ਹੈ ਹੋ ਚੁੱਕੀ ਹੈ ਇਸ ਤੋਂ ਇਲਾਵਾ ਦੋਸਤੋ ਅਸੀਂ ਗੱਲ ਕਰੀਏ ਜੋ ਅਨਪਲੋਇਮੈਂਟ ਹੈ ਬਹੁਤ ਜ਼ਿਆਦਾ ਸੀ ਤਾਂ ਦੋਸਤੋ ਵਿਦੇਸ਼ੀ ਕੰਪਨੀਆਂ ਆਈਆਂ ਇਨਵੈਸਟਮੈਂਟ ਹੋਈ ਮੈਨੂਫੈਕਚਰਿੰਗ ਪਲਾਂਟ ਲੱਗੇ ਇੱਥੇ ਜੋ ਰੋਜ਼ਗਾਰ ਵਧਿਆ ਜਿਸ ਨਾਲ ਦੇਸ਼ ਦਾ ਜੋ ਯੁਵਾ ਹੈ ਦੋਸਤੋ ਉਸ ਨੂੰ ਨੌਕਰੀ ਮਿਲ ਪਾਈ ਕਿਉਂਕਿ ਸਰਕਾਰ ਲਈ ਵੀ ਪੋਸੀਬਲ ਨਹੀਂ ਹੈ ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਹੈ ਦੋਸਤੋ ਕਿ ਸਭ ਨੂੰ ਇਮਪਲੋਇਮੈਂਟ ਦੇਣਾ ਗਵਰਨਮੈਂਟ ਲਈ ਵੀ ਪੋਸੀਬਲ ਨਹੀਂ ਹੈ ਦੋਸਤੋ ਇਸ ਦੇ ਨਾਲ ਹੈ ਪਰ ਕੈਪੀਟਲ ਇਨਕਮ ਹੈ ਦੋਸਤ ਉਸ ਦੇ ਵਿੱਚ ਬਹੁਤ ਜ਼ਿਆਦਾ ਵ ਲੇਕਿਨ ਦੋਸਤੋ ਇਸ ਦੇ ਇਸ ਇਸ ਰਿਫਾਰਮਸ ਦੇ ਕੁਝ ਨੁਕਸਾਨ ਵੀ ਹੋਏ ਸਾਨੂੰ ਕੁਝ ਨੈਗੇਟਿਵ ਆਊਟਕਮਸ ਵੀ ਹੋਏ ਜਿਵੇਂ ਕਿ 1991 ਤੋਂ ਪਹਿਲਾਂ ਦੋਸਤੋ ਸਾਡੀ ਜੀਡੀਪੀ ਦੇ ਵਿੱਚ ਐਗਰੀਕਲਚਰ जो रोल सी बहुत ज्यादा होया ਕਰਦਾ ਸੀ ਤਾਂ ਐਗਰੀਕਲਚਰ ਸੈਕਟਰ ਦਾ ਦੋਸਤੋ ਜੋ ਹੈ ਲਗਭਗ ਹੈ 30% ਸਾਡੀ ਜੋ ਜੀਡੀਪੀ ਦਾ ਪਾਰਟ ਹੈ ਐਗਰੀਕਲਚਰ ਤੋਂ ਆਇਆ ਕਰਦਾ ਸੀ ਤਾਂ ਲੇਕਿਨ ਦੋਸਤੋ ਅੱਜ ਦੇਖਦੇ ਹਾਂ ਕਿ ਉਸ ਤੋਂ ਅੱਧਾ ਵੀ 15% ਵੀ ਹੁਣ ਜੋ ਜੀਡੀਪੀ ਦਾ ਕੰਟਰੀਬਿਊਸ਼ਨ ਐਗਰੀਕਲਚਰ ਦਾ ਜੋ ਕੰਟਰੀਬਿਊਸ਼ਨ ਹੈ ਸਾਡੀ ਜੀਡੀਪੀ ਦੇ ਵਿੱਚ ਨਹੀਂ ਰਿਹਾ ਤਾਂ ਐਗਰੀਕਲਚਰ ਦਾ ਅਸੀਂ ਡਿਕਲਾਈਨ ਕਹਿ ਸਕਦੇ ਹਾਂ ਦੋਸਤੋ ਇਸ ਤੋਂ ਇਲਾਵਾ ਜਦੋਂ ਵਿਦੇਸ਼ੀ ਕੰਪਨੀਆਂ ਹਿੰਦੁਸਤਾਨ ਦੇ ਵਿੱਚ ਆਈਆਂ ਤਾਂ ਦੋਸਤੋ ਕੰਪੀਟੀਸ਼ਨ ਕਿਉਂਕਿ ਵਿਦੇਸ਼ੀ ਕੰਪਨੀਆਂ ਨਾਲ ਸੀ ਤਾਂ ਜੋ ਲੋਕਲ ਕੰਪਨੀਆਂਜ਼ ਉਹਨਾਂ ਦੇ ਕੰਪੈਰੀਸਨ ਦੋਸਤੋ ਨਹੀਂ ਟਿਕ ਪਈਆਂ ਤਾਂ ਜੋ ਲੋਕਲ ਬਿਜ਼ਨਸ ਹੈ ਜੋ ਸਵਦੇਸ਼ੀ ਦਾ ਜੋ ਬਿਜ਼ਨਸ ਹੈ ਉਸ ਨੂੰ ਬਹੁਤ ਵੱਡਾ ਦੋਸਤੋ ੱੱਕਾ ਲੱਗਿਆ ਅਤੇ ਦੋਸਤੋ ਕਹਿ ਸਕਦੇ ਹਾਂ ਕਿ ਜਦੋਂ ਬਾਹਰੀਆਂ ਕੰਪਨੀਆਂ ਆਈਆਂ ਦੋਸਤੋ ਵਿਦੇਸ਼ਾਂ ਤੋਂ ਦੋ ਆਬਵੀਅਸਲੀ ਗੱਲ ਹੈ ਦੋਸਤੋ ਇਸ ਦਾ ਇੱਕ ਬਹੁਤ ਜੋ ਬੁਰਾ ਇੰਪੈਕਟ ਹੈ ਸਾਡੇ ਪਰਿਆਵਰਣ ਦੇ ਉੱਪਰ ਵੀ ਪਿਆ ਦੋਸਤੋ ਠੀਕ ਹੈ ਤਾਂ ਇਹ ਕੁਝ 네ਗਟਿਵ ਇੰਪੈਕਟ ਜੋ ਦੋਸਤੋ ਜ਼ਰੂਰ ਪਏ ਲੇਕਿਨ ਦੋਸਤੋ ਜਦੋਂ ਅਸੀਂ ਕੋਈ ਵੱਡਾ ਕੰਮ ਕਰਦੇ ਹਾਂ ਤਾਂ ਉਸ ਦੇ ਪੋਜ਼ੀਟਿਵ ਇੰਪੈਕਟ ਵੀ ਜ਼ਰੂਰ ਹੁੰਦੇ ਨੇ ਅਤੇ ਨਾਲ ਹੀ ਨਾਲ ਕੁਝ 네ਗੇਟਿਵ ਪੁਆਇੰਟ ਵੀ ਜ਼ਰੂਰ ਆ ਜਾਂਦੇ ਨੇ ਤਾਂ ਦੋਸਤੋ ਇਹ ਜੋ ਇਤਿਹਾਸਿਕ ਬਜਟ ਸੀ ਜਿਸ ਨੇ ਦੋਸਤੋ ਇਸ ਭਾਰਤ ਦੇ ਇਤਿਹਾਸ ਨੂੰ ਹੈ ਬਦਲ ਕੇ ਰੱਖਤਾ ਉਸ ਦੇ ਅੱਜ 30 ਸਾਲ ਪੂਰੇ ਹੋਏ ਨੇ ਤਾਂ ਦੋਸਤੋ ਇਥੇ ਬਹੁਤ ਸਾਰੇ ਜੋ ਪ੍ਰਸ਼ਨ ਆਉਂਦੇ ਨੇ ਤਾਂ ਦੋਸਤੋ ਇਸ ਪੂਰੇ ਦੇ ਪੂਰੇ ਇਹ ਜੋ ਪੀਡੀਐਫ ਨੂੰ ਅਤੇ ਨਾਲ ਮੇਰੇ ਲੈਕਚਰ ਨੂੰ ਦੋਸਤੋ ਧਿਆਨ ਨਾਲ ਸੁਨਣਾ ਤਾਂਕਿ ਦੋਸਤੋ ਜੇ ਕੋਈ ਵੀ ਪ੍ਰਸ਼ਨ ਹੈ ਇਥੋਂ ਹੁੰਦਾ ਹੈ ਤਾਂ ਤੁਸੀਂ ਉਸ ਨੂੰ ਈਜ਼ੀਲੀ ਦੇ ਸਕੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਵੇਗਾ ਅਤੇ ਦੋਸਤੋ ਇਸ ਇੰਟਰਸ ਦੇ 30 ਸਾਲ ਪੂਰੇ ਹੋਣ ਕਰਕੇ ਦੋਸਤੋ ਅੱਜ ਇਹ ਵੀਡੀਓ ਜੋ ਬਣੀ ਹੈ ਠੀਕ ਹੈ ਮੈਂ ਉਮੀਦ ਕਰਦਾ ਹਾਂ ਦੋਸਤੋ ਕਾਫੀ ਚੰਗੀ ਤੁਹਾਨੂੰ ਲੱਗੀ ਹੋਏਗੀ ਅਤੇ ਦੋਸਤੋ ਆਪਣੇ ਜੋ ਕਮੈਂਟਸ ਨੇ ਆਪਣੇ ਜੋ ਸੁਜੈਸ਼ਨਸ ਨੇ ਜ਼ਰੂਰ ਸਾਨੂੰ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤਾਂ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ ਜੀ